ਆਪਾਂ ਲੱਗੇ ਆ ਹੁਣ ਇੰਡੀਆ 'ਚ ਐਂਟਰ ਕਰਨ ਤੇ ਆਹ ਧਰ ਲਿਆ ਪੈਰ ਇੰਡੀਆ 'ਚ ਆਪਾਂ ਕਰਤਾਰਪੁਰ ਸਾਹਿਬ ਕੋਰੀਡੋਰ ਤੇ रोज रोज नहीं खुलदियां है थावां ते बाबे नानक दे करो दर्शन आ के हुण वापसी कर रहे हां ते उरों बस फड़ांगे बाकी देखदे आ जांदे होए की प्रोसैस रहिंदा की चैक करदे ने सारा ते फोन अपना डाउन हो गया सी पावर बैंक लाउणी पैगी चलो हुण बस फड़ांगे उरों जावांगे वापस जाना वापसी कर रहे हां ते पासपोर्ट वैसे मैं हाथ च फड़ लिया जे मंगिया इन्हां ने तां देखांगे दसूंगा थोनू भी किवें किवें चैक करदे ने उधर दी आपां एग्जिट करना जिथों दी एंट्री करी सी वो बस लगी हुई है सामने जिहड़ियां बसां च आए सी उही बसां च आपां वापस जावांगे ते आपां एग्जिट कर लिया वापसी अपनी होगी इधर पिछे एक बार पासपोर्ट चेक होया सी उन्होंने अपनी वापसी करती वापसी दी एंट्री पाती बाकी अपने दूजे बाई होनी साहिल बाई होनी आ रहे ने ते आ भरा तां आ गए बाकी कल्ले कल्ले दा सारा चेक हो रहा ते किवें रहा बई ठीक है भाजी बहुत वधिया जी बहुत वधिया टूर रहा जी बहुत वधिया बई बहुत वधिया बाकी बाई उहनां नाल साथ बन गया मेरा करके बहुत वधिया लग्गिया हां ते मेरा मैं पहलां कल्ला सी मैनूं ऐ सी वी कल्ला जा रहा ते बाई उहनां नाल साथ बन गया तां जमी नहीं पता लग्गिया ऐ लाइन लग रहा सी असीं पहलां तों ही पुराने दोस्त आ ठीक है ते हुण आ इत्थों बस आ इह बस च आपणी वापसी आ जिथों जिवें आए सी उवें हुण जावांगे ठीक आ ते बस च बैठदे आ जांदे आ बस च करदे आ वापसी दो जने रह गए अपने ठीक है लो जी बस च आपां लगे हुण बैठण ते बस च बैठ रहे हां इत्थे निग पई आ ना बस च हां बाहर ठंड लग रही सी इत्थे आ के निग आ गई बस च तकरीबन सारे आ गए ਲਓ ਜੀ ਬੱਸ ਆਪਣੀ ਉਰੋਂ ਚੱਲਣ ਲੱਗੀ ਆ ਹੁਣ ਆਪਾਂ ਵਾਪਸੀ ਕਰਨ ਲੱਗੇ ਤੇ ਬੱਸ ਹੋ ਗਈ ਪੂਰੀ ਸਾਰੇ ਤਕਰੀਬਨ ਆ ਗਏ ਉਹ ਲਾਸਟ ਦੇ ਬੱਸ ਆ ਮੰਨ ਲਓ ਇਹ ਬੱਸ ਬਿਲਕੁਲ ਐਨ ਲਾਸਟ ਟਾਈਮ ਤੇ ਆਏ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਬੱਸ ਆਪਣੀ ਚੱਲ ਪਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤ ਸ੍ਰੀ ਅਕਾਲ ਦੇਖੋ ਵੀ ਇਹ ਨੇ ਇੱਧਰ ਪਾਕਿਸਤਾਨ ਦੇ ਖੇਤ ਤੇ ਸਵੇਰੇ ਤੋਂ ਤੁਸੀਂ ਥੋੜ੍ਹੀ ਜਿਹੀ ਤਾਂ ਘੱਟ ਦੇਖ ਰਹੇ ਸੀਗੇ ਤੇ ਕੇਸ ਨੇ ਤੇ ਖੇਤੀਬਾੜੀ ਸੇਮ ਆ ਆਪਣੇ ਵਾਂਗ ਆ ਸਾਰੀ ਤੇ ਕਣਕ ਬੀਜੀ ਹੋਈ ਆ ਰਾਵੀ ਦਰਿਆ ਰਾਵੀ ਦਰਿਆ ਦੇ ਪੁਲ ਉੱਪਰ ਦੀ ਹੁਣ ਆਪਾਂ ਲੰਘ ਰਹੇ ਹਾਂ ਤੇ ਸਾਰਾ ਇਹ ਰਾਵੀ ਦਰਿਆ ਦਾ ਏਰੀਆ ਇੱਧਰ ਪਹੁੰਚ ਗਏ ਪਾਕਿਸਤਾਨ ਵਾਲੀ ਇਮੀਗ੍ਰੇਸ਼ਨ ਅਤੇ ਸਾਹਮਣੇ ਇਮੀਗ੍ਰੇਸ਼ਨ ਆ ਪਾਕਿਸਤਾਨ ਵਾਲੀ
ਤੇ ਹੁਣ ਆਪਣੀ ਬੱਸ ਪਾਕਿਸਤਾਨ ਇਮੀਗ੍ਰੇਸ਼ਨ 'ਚ ਐਂਟਰ ਹੋਊ ਇੱਥੇ ਸਾਰੇ ਆਪਣਾ ਚੈੱਕ ਕਰਨਗੇ ਬਾਅਦ 'ਚੋਂ ਲਓ ਜੀ ਪਹੁੰਚ ਗਏ ਇਮੀਗ੍ਰੇਸ਼ਨ ਪਾਕਿਸਤਾਨ ਵਾਲੀ ਤੇ ਆਪਾਂ ਆ ਗਏ ਉਤਰੇ ਬੱਸ ਚੋਂ ਇੱਧਰ ਇਮੀਗ੍ਰੇਸ਼ਨ ਆ ਗਈ ਪਾਕਿਸਤਾਨ ਦੀ ਹੁਣ ਇੱਥੋਂ ਵਾਪਸੀ ਕਰਦੇ ਹਾਂ ਐਗਜ਼ਿਟ ਕਰਦੇ ਹਾਂ ਸਾਰਾ ਚੈੱਕ ਕਰਨਗੇ ਅਤੇ ਆਹ ਬੱਸ ਆਪਾਂ ਨੂੰ ਉਰੇ ਤੱਕ ਲੈ ਕੇ ਆਈ ਆ ਅਤੇ ਪਾਕਿਸਤਾਨ ਇਮੀਗ੍ਰੇਸ਼ਨ 'ਚ ਜਾਂਦੇ ਹਾਂ ਐਂਟਰ ਕਰਦੇ ਹਾਂ ਅਤੇ ਵਾਪਸੀ ਕਰਦੇ ਹਾਂ ਪਹੁੰਚਦੇ ਹਾਂ ਇੰਡੀਆ ਜੇ ਆਪਾਂ ਹੁਣ ਵਾਪਸ ਕਰਨੇ ਨੇ ਅਤੇ ਆਹ ਵਾਪਸ ਕਰ ਰਹੇ ਹਾਂ ਆਪਣੇ ਕਾਰਡ ਅਤੇ ਆਹ ਕਾਰਡ ਮਿਲੇ ਹੋਏ ਸੀਗੇ ਇੱਧਰ ਬਾਈ ਉਹਨਾਂ ਨੂੰ ਕਰਦੇ ਹਾਂ ਹਾਂ ਸਰ ਉਹਨਾਂ ਨੂੰ ਵਾਪਸ ਕਰਦੇ ਹਾਂ ਕਾਰਡ ਆਪਾਂ ਥੈਂਕ ਯੂ ਸਰ ਤੁਹਾਡਾ ਅਤੇ ਇੱਥੇ ਹੁਣ ਆਪਾਂ ਇਮੀਗ੍ਰੇਸ਼ਨ 'ਚ ਸਾਰਾ ਕਰਦੇ ਹਾਂ ਪ੍ਰੋਸੈਸ ਠੀਕ ਆ ਉਸ ਤੋਂ ਬਾਅਦ ਬਾਹਰ ਨਿਕਲ ਕੇ ਦੱਸਦੇ ਹਾਂ ਅਤੇ ਖੜ੍ਹੇ ਆਪਾਂ ਪਾਕਿਸਤਾਨ ਵਾਲੀ ਇਮੀਗ੍ਰੇਸ਼ਨ 'ਚ ਜਿਹੜੀ $20 ਵਾਲੀ ਸਲਿੱਪ 'ਤੇ ਮੋਹਰ ਲਾਈ ਸੀ ਉਹ ਉਰੇ ਚੈੱਕ ਹੋਣੀ ਆ ਆਹ ਪਾਕਿਸਤਾਨ ਵਾਲੀ ਇਮੀਗ੍ਰੇਸ਼ਨ ਆ ਅਤੇ ਇੱਧਰ ਬਾਈ ਬੈਠੇ ਨੇ ਪਾਕਿਸਤਾਨ ਵਾਲੇ ਮੁਲਾਜ਼ਮ ਇਹਨਾਂ ਨੂੰ ਚੈੱਕ ਕਰਾਵਾਂਗੇ ਅਤੇ ਫਿੰਗਰ ਪ੍ਰਿੰਟ ਲਵਾ ਕੇ ਆਪਣੇ ਫਿਰ ਆਪਣੀ ਵਾਪਸੀ ਕਰਨਗੇ ਠੀਕ ਆ ਅਤੇ ਕਰਵਾ ਲਈਏ ਆਪਣਾ ਕੰਮ ਆਪਾਂ ਵਾਲਾ ਕੰਮ ਸਾਰਾ ਅਤੇ ਪਾਸਪੋਰਟ ਦਿੱਤਾ ਸਰ ਨੂੰ ਬਹੁਤ ਅੱਛਾ ਜੀ ਬਹੁਤ ਅੱਛਾ ਕੈਸਾ ਲੱਗਿਆ ਪਾਕਿਸਤਾਨ ਮੈਂ ਕਹਿੰਦਾ ਬਹੁਤ ਬੜੀ ਹੈ ਜੀ ਦਿਲ ਖੁਸ਼ ਹੋ ਗਿਆ ਸਕੂਨ ਮਿਲ ਗਿਆ ਹਾਂਜੀ 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 ਬਾਰ ਬਾਰ ਆਓ ਸਿਰਫ ਸਾਡੇ ਕੋਲ 250 ਲੋਕ ਆਉਂਦੇ ਪਰ ਸਾਡੇ ਕੋਲ 5000 ਲੋਕਾਂ ਨੂੰ ਡੀਲ ਕਰਦੇ ਹਾਂ ਹਾਂਜੀ ਹਾਂਜੀ ਤੇ ਤੁਹਾਡੇ ਤੋਂ ਇਹ ਬਿੰਦੀ ਕੀਤੀ ਜਾਂਦੀ ਕਿ ਜ਼ਿਆਦਾ ਤੋਂ ਜ਼ਿਆਦਾ ਠੀਕ ਹੈ ਸੱਜੇ ਹੱਥ ਦੀਆਂ 4 ਹੁੰਦੀਆਂ ਨੇ ਅਤੇ ਆਪਣੀ ਹੋ ਗਈ ਇਮੀਗ੍ਰੇਸ਼ਨ ਹੁਣ ਆਪਾਂ ਐਗਜ਼ਿਟ ਕਰ ਲਿਆ ਯਾਨੀ ਕਿ ਸਾਰਾ ਉਹਨਾਂ ਨੇ ਚੈੱਕ ਕਰ ਲਿਆ ਫਿੰਗਰਪ੍ਰਿੰਟ ਲਵਾ ਲਏ ਅਤੇ ਹੁਣ ਬਾਹਰ ਚੱਲਾਂਗੇ ਇੱਥੋਂ ਈ ਰਿਕਸ਼ੇ ਇੰਡੀਆ ਵਾਲੀ ਇਮੀਗ੍ਰੇਸ਼ਨ ਤੱਕ ਆਪਾਂ ਨੂੰ ਛੱਡ ਕੇ ਆਉਣਗੇ ਇਹ ਪਾਕਿਸਤਾਨ ਦੀ ਇਮੀਗ੍ਰੇਸ਼ਨ ਸੀ ਇਹ ਸਾਰੀ ਪਾਕਿਸਤਾਨ ਦੀ ਇਮੀਗ੍ਰੇਸ਼ਨ ਹੈ ਅਤੇ ਹੁਣ ਆਪਾਂ ਇੰਡੀਆ ਵਾਲੀ ਇਮੀਗ੍ਰੇਸ਼ਨ 'ਚ ਚੱਲਾਂਗੇ ਆਹ ਸਰ ਨੇ ਉਰੇ ਸਾਰੇ ਪਾਕਿਸਤਾਨ ਵਾਲੇ ਆਫਿਸ ਵਾਲੇ ਨੇ ਇਮੀਗ੍ਰੇਸ਼ਨ ਵਾਲੇ ਅਤੇ ਇਹਨਾਂ ਨੇ ਆਪਣੀ ਇਮੀਗ੍ਰੇਸ਼ਨ ਸਵੇਰੇ ਕਰਕੇ ਭੇਜਿਆ ਅਤੇ ਦਿਨ ਬਹੁਤ ਵਧੀਆ ਲੰਘਿਆ ਅਤੇ ਇਹਨਾਂ ਕਰਕੇ ਉਰੇ ਆਪਾਂ ਬਹੁਤ ਵਧੀਆ ਹਾਂਜੀ ਹਾਂਜੀ ਆਏ ਹੋਏ ਸੀਗੇ ਸਾਰੇ ਬਹੁਤ ਖੁੱਲ੍ਹੇ ਦਿਲ ਨਾਲ ਮਿਲੇ ਬਹੁਤ ਸਕੂਨ ਆਇਆ ਮਿਲ ਕੇ ਹਾਂਜੀ 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 ਬਹੁਤ ਵਧੀਆ ਲੱਗਿਆ ਆ ਕੇ ਓਕੇ ਲਓ ਵੀ ਆਪਣੀ ਪਾਕਿਸਤਾਨ ਵਾਲੀ ਇਮੀਗ੍ਰੇਸ਼ਨ ਆਪਾਂ ਐਗਜ਼ਿਟ ਕਰ ਲਿਆ ਅਤੇ ਹੁਣ ਆਪਣੇ ਜਿਹੜੀ ਕਰੰਸੀ ਬਚੀ ਆਪਣੇ ਲਵੇ ਪਾਕਿਸਤਾਨ ਵਾਲੀ ਉਹ ਆਪਾਂ ਚੇਂਜ ਕਰਵਾਵਾਂਗੇ ਅਤੇ ਥੋੜ੍ਹੇ ਜਿਹੇ ਪੈਸੇ ਬਚੇ ਨੇ ਦੇਖਦਾ ਮੈਂ ਪਰਸ 'ਚ ਕਿੰਨੇ ਬਚੇ ਨੇ ਆਪਦੇ ਅਤੇ ਉਹ ਹੁਣ ਪਾਕਿਸਤਾਨ ਤੋਂ ਇੰਡੀਅਨ ਵਾਲੇ ਰੁਪਈਏ ਕਰਵਾਵਾਂਗੇ ਹਾਂਜੀ ਹਾਂਜੀ ਦੇਖੋ ਅਤੇ ਆਹ ਬਾਈ ਉਹਨਾਂ ਦਾ ਵੀ ਇਹਨਾਂ ਨੇ ਵੀ ਕਰਾਉਣੀ ਆ ਚੇਂਜ ਬਾਕੀ ਜਿਹੜੇ ਹੋਰ ਸਾਡੇ ਸਾਥੀ ਸੀ ਹੁਣ ਉਹ ਸਾਰੀ ਮੈਨੂੰ ਲੱਗਦਾ ਲਾਇਆ ਤਕਰੀਬਨ ਹਾਂ ਹਾਂ ਆਪਣੇ ਲਵੇ ਬਚ ਗਏ ਸੀਗੇ ਉਹ ਆਪਾਂ ਚੇਂਜ ਕਰਵਾਉਂਦੇ ਹਾਂ ਜਿੱਥੋਂ ਆਪਾਂ ਸਵੇਰੇ ਲੈਤੇ ਸੀਗੇ ਆ ਕੇ ਲਓ ਜੀ ਆਪਣੇ ਲਵੇ ਪਾਕਿਸਤਾਨ ਵਾਲੀ ਕਰੰਸੀ ਦਾ ਬਚਿਆ 700 ਰੁਪਇਆ ਅਤੇ ਉਹ ਹੁਣ ਆਪਾਂ ਇੰਡੀਆ ਵਾਲੀ ਕਰਵਾਵਾਂਗੇ ਪਾਕਿਸਤਾਨ ਵਾਲੀ ਤੋਂ ਇੰਡੀਆ ਵਾਲੀ ਸਵੇਰੇ ਕਰਾਈ ਸੀ ਆਪਾਂ ਇੰਡੀਆ ਤੋਂ ਪਾਕਿਸਤਾਨ ਵਾਲੀ ਅਤੇ ਬਾਕੀ ਆਹ ਈ ਰਿਕਸ਼ੇ ਹੁਣ ਇੰਡੀਆ ਵਾਲੀ ਇਮੀਗ੍ਰੇਸ਼ਨ ਤੱਕ ਲੈ ਕੇ ਜਾ ਰਹੇ ਨੇ ਜਿਵੇਂ ਆਹ ਸਾਰੀਆਂ ਸੰਗਤਾਂ ਆਈਆਂ ਸੀਗੀਆਂ ਅਤੇ ਆਪਾਂ ਇਸ ਤੋਂ ਅਗਲੇ 'ਚ ਜਾਵਾਂਗੇ ਅਤੇ ਆਹ ਕਰੰਸੀ ਚੇਂਜ ਕਰਾ ਕੇ ਜਿਵੇਂ ਹੁਣ ਆਹ ਇੰਡੀਆ ਕੰਨੀਓ ਆ ਰਹੇ ਨੇ ਅਤੇ ਇੰਡੀਆ ਵੱਲ ਤੋਂ ਆ ਰਹੇ ਨੇ ਖਾਲੀ ਹੋ ਗਏ ਇਹਨਾਂ 'ਚ ਆਪਾਂ ਹੁਣ ਜਾਵਾਂਗੇ ਚੈਨਲ ਸੁੱਖ ਪੰਜਾਬੀ ਬਲੌਗਸ ਜੀ ਪੰਜਾਬੀ ਬਲੌਗਸ ਹਾਂ ਜੀ ਆਹ ਮੇਰੇ ਵੀ ਨੇ ਮੇਰੇ ਅਲੱਗ ਨੇ ਬਹੁਤ ਵਧੀਆ ਲੱਗਿਆ ਤੇ ਪਾਕਿਸਤਾਨ ਦੇ ਬਹੁਤ ਸਬਸਕ੍ਰਾਈਬਰ ਕਰਾਏ ਨੇ ਅੱਜ ਆ ਗਏ ਬਸ ਬੈਠੋ ਤੁਸੀਂ ਆ ਬਸ ਚੇਂਜ ਕਰਾ ਕੇ ਆ ਗਏ ਤੁਸੀਂ ਸਮਾਨ ਰੱਖੋ ਤੁਹਾਡੇ ਲਵੇ ਸਮਾਨ ਜ਼ਿਆਦੇ ਆ ਸਾਹਿਲ ਕਬੀਲਦਾਰ ਜਿਹਾ ਲੱਗਦਾ ਹੈ ਸਮਾਨ ਦੇ ਕੇ ਅਗਲਾ ਕਹੂ ਵੀ ਜਵਾਕ ਦੋ ਤਿੰਨ ਨੇ ਉਹਨਾਂ ਵਾਸਤੇ ਸਮਾਨ ਲੈ ਕੇ ਚੱਲਿਆ ਤੁਹਾਡੇ ਖਾਣੇ ਦਾ ਹੀ ਹੈ 800 ਰੁਪਈਆ ਸਰ ਬਈ ਸੈਮਸੰਗ ਦਾ ਹੋ ਗਿਆ ਕਰਿਓ ਸਰ
दे रहे 700 आप पाकिस्तान वाला 700 हूं मैं कहना जी 15 तो मेनू करा दे 200 हां जी हां जी 700 वापस जा रहे बैठते आ गए जी आ गए इमीग्रेशन तक सारे पैसे चेंज करा ले करंसी चेंज करा ली बहुत वधिया सफर रहा बहुत सुकून मिलिया होया बाकी पाकिस्तान च हाले फिलहाल तां पाकिस्तान दी शाम दा नजारा ले रहे चलो भी अपना ई रिक्शा हुण चल पिया हाले चले आप चल रहे जी असि तुर पे इथों इमीग्रेशन तो पाकिस्तान वाली तो चलो भी हाँ देखो भी खेत पाकिस्तान दे वाह क्या नजारा है दूजे पासे आऊगा भाई आ देखो वो चिड़िया कौ सारे एको जे ने भाई अपने नाल दी पंछी ने गटारा ओही ने इत्थे असीं फोटो करवाउणी आ मेरी रह गई सी सवेरे उरे फोटो वेलकम टू पाकिस्तान देखते हैं जो हम रोकन दिता तो रोकांगे मेरी सवेरे फोटो रह गई थी फोटो खिंचने वाला नहीं थी कोई इतने रोकन गए लिखा हुआ वेलकम टू पाकिस्तान इतों से फोटो करवाई आ उत्थे रह गई थी फोटो मेरी बाई भी अपने आई नहीं रिक्शे च बैठ गए कितों बई तुम कपूरथले तो ठीक है ठीक है ठीक है लाओ भी और असि हम बॉर्डर से आ जाना बाकी देखते हैं कैमरा ऑफ कर दिए फिर जाके ऑन कर दें घोड़े जाके लो जी आ है इधर पाकिस्तान का गेट हूँ आप इंडिया हाँ हाँ मैं फोटो करवाना इतने मेरी रह गई थी इतों पाकिस्तान का गेट है ये इतों आप इंडिया च एंट्री करा ठीक है तो लो जी आप लगे हूँ इंडिया च एंटर कर आर लिया पैर इंडिया च आप इंडिया इधर बाकी हाँ इधर सीगा पाकिस्तान करते हैं बाय बाय पाकिस्तान बाय बाय पाकिस्तान फोटोग्राफी चली जाती है लै भाई रील बनाई जाते हैं चलो जी इतों हम एक होर ई रिक्शा इंडिया वाली इमीग्रेशन तक लेके जाऊगा उतों आप इंडिया एंटर कर गए थे तो हम आप इंडिया वाली इमीग्रेशन से जा रहे हैं आ ई रिक्शा अपन लेके जा रहे हैं ठीक है पाकिस्तान चो जो बहर निकल निकलन सार एक बार फिर ईटीए फार्म चेक होगा अपना तो आ जी स्टैंप लगी थी सवेरे उरे फिर ईटीए फार्म आप हम चेक करवा रहे हैं पाकिस्तान चो हम बहर निकले हाँ लो जी आप पहुँच गए इंडिया वाली इमीग्रेशन इधर तो इंडिया वाली इमीग्रेशन के मूहरे पहुँच गए तो उरे हम सारा कुछ चेक करेंगे दोबारे वो बाहर जाके दसांगे उरे वीडियो अलाउड नहीं हैगी ठीक है आ इमीग्रेशन अपनी इंडिया वाली तो करते हैं एंटर अगे हम बहर जाके मिलते हैं ਆਪਾਂ ਆ ਗਏ ਬਾਹਰ ਅਤੇ ਆ ਇੰਡੀਆ ਵਾਲੀ ਇਮੀਗ੍ਰੇਸ਼ਨ ਤੋਂ ਬਾਹਰ ਆ ਗਿਆ ਆਪਣਾ ਸਾਰਾ ਹੋ ਗਿਆ ਕਲੀਅਰ ਅਤੇ ਹੁਣ ਐਗਜ਼ਿਟ ਕਰ ਰਹੇ ਹਾਂ ਅਤੇ ਚੱਲਦੇ ਹਾਂ ਵਾਪਸ ਅਤੇ ਬਹੁਤ ਵਧੀਆ ਆਪਣਾ ਸਫ਼ਰ ਰਿਹਾ ਅਤੇ ਬਹੁਤ ਵਧੀਆ ਅੱਛਾ ਰਿਹਾ ਸਕੂਨ ਮਿਲਿਆ ਬਾਬੇ ਨਾਨਕ ਦੇ ਥਾਂ 'ਤੇ ਜਾ ਕੇ ਠੀਕ ਆ ਅਤੇ ਸੋ ਹੁਣ ਚੱਲਾਂਗੇ ਉੱਥੇ ਆਪਾਂ ਡੇਰਾ ਬਾਬਾ ਨਾਨਕ ਬਾਕੀ ਗੱਲਾਂ ਰੂਮ 'ਚ ਜਾ ਕੇ ਕਰਦੇ ਹਾਂ ਠੀਕ ਲਓ ਜੀ ਆਪਾਂ ਐਗਜ਼ਿਟ ਕਰ ਲਿਆ ਅਤੇ ਆ ਇਮੀਗ੍ਰੇਸ਼ਨ ਸੀ ਇੰਡੀਆ ਦੀ सवेरे उदर जदा एंट्री करी सी शायद धुंध करके घट दिखी हो मैं हम थोड़ी जी आप दिखा दीए तो आ भाई उन्होंने जाने निकलते हैं बाहर उत्थे तक मैं छड़ देंगे भाई ठीक है तो ये भाई उन्हें आए ने गड्डी चलिए आप इतों हम एग्जिट करा बैठ गए इतों गड्डी चे उ तक छड़ देंगे डेरा बाबा नानक तक भाई उन्हें मैनू
ਭਾਈ ਉਹਨਾਂ ਨੇ ਮੈਨੂੰ ਉਰੇ ਤੱਕ ਛੱਡਤਾ ਤੇ ਭਾਈ ਉਹਨਾਂ ਦਾ ਦਿਨ ਬਹੁਤ ਵਧੀਆ ਰਿਹਾ ਤੇ ਚਲੋ ਠੀਕ ਆ ਬਾਈ ਫੇਰ ਮਿਲਾਂਗੇ ਫਿਊਚਰ ਚ ਓਕੇ ਭਾਈ ਬਹੁਤ ਨੇੜੇ ਹੀ ਆ ਪੱਗ ਦੀ ਜਦੋਂ ਆਏ ਤਾਂ ਜ਼ਰੂਰ ਮਿਲਾਂਗੇ ਹਾਂ ਹਾਂ ਤੁਸੀਂ ਫਤਿਹਗੜ੍ਹ ਸਾਹਿਬ ਆਏ ਜੇ ਠੀਕ ਆ ਜ਼ਰੂਰ ਕਰਿਓ ਬਾਕੀ ਲੁਧਿਆਣੇ ਆਵਾਂਗੇ ਮਿਲਾਂਗੇ ਜ਼ਰੂਰ ਭਾਈ ਜ਼ਰੂਰ ਭਾਈ ਉਹਨਾਂ ਨੇ ਮੈਨੂੰ ਇੱਥੇ ਛੱਡਤਾ ਤੇ ਸਾਹਿਲ ਬਾਈ ਹੁਣੀ ਤੇ ਬਾਕੀ ਹੋਰ ਸਾਰੇ ਬਾਈਆਂ ਨਾਲ ਵਧੀਆ ਦਿਨ ਲੰਘਿਆ ਅੱਜ ਬਹੁਤ ਵਧੀਆ ਲੱਗਿਆ ਸਕੂਨ ਮਿਲਿਆ ਸ਼੍ਰੀ ਕਰਤਾਰਪੁਰ ਸਾਹਿਬ ਜਾ ਕੇ ਤੇ ਬਾਬੇ ਨਾਨਕ ਦੀ ਧਰਤੀ ਤੇ ਮੱਥਾ ਟੇਕ ਕੇ ਬਹੁਤ ਵਧੀਆ ਲੱਗਿਆ ਤੇ ਉੱਧਰਲੇ ਭਰਾ ਵੀ ਸਾਰੇ ਖੁਸ਼ ਹੋ ਕੇ ਮਿਲੇ ਤੇ ਹੁਣ ਮੈਂ ਜਾ ਰਿਹਾ ਆਪਣੇ ਕਮਰੇ ਵੱਲ ਨੂੰ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਤੇ ਆਪਾਂ ਆ ਗਏ ਰੂਮ 'ਚ ਤੇ ਬਹੁਤ ਵਧੀਆ ਰਿਹਾ ਆਪਣਾ ਸਫ਼ਰ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲਾ ਬਹੁਤ ਵਧੀਆ ਸਕੂਨ ਮਿਲਿਆ ਬਹੁਤ ਵਧੀਆ ਦਰਸ਼ਨ ਹੋਏ ਅਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਜੋ ਵੀ ਮੇਰਾ ਬਲੌਗ ਦੇਖ ਰਿਹਾ ਵੀਡੀਓ ਦੇਖ ਰਿਹਾ ਇੱਕ ਵਾਰ ਜ਼ਰੂਰ ਜਾਓ ਬਾਬੇ ਨਾਨਕ ਦੇ ਘਰ ਦਰਸ਼ਨ ਕਰਕੇ ਆਓ ਕਰੋ ਅਤੇ ਮੱਥਾ ਟੇਕ ਕੇ ਆਓ ਬਹੁਤ ਵਧੀਆ ਲੱਗ ਗਿਆ ਜਾ ਕੇ ਅਤੇ ਬਲੌਗ ਦਾ ਕਰਦੇ ਹਾਂ ਐਂਡ ਈਜ਼ੀ ਆਪਣਾ ਬਲੌਗ ਠੀਕ ਹੈ ਅਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਕਰਿਓ ਸਬਸਕ੍ਰਾਈਬ ਮਿਲਦੇ ਹਾਂ ਨੈਕਸਟ ਬਲੌਗ 'ਚ ਬਾਏ ਬਾਏ।